ਪੰਜਾਬ ਕਾਂਗਰਸ ਦੇ ਇੰਚਾਰਜ ਨੇ ਜੀ ਦਵਿੰਦਰ ਯਾਦਵ ਅੱਜ ਕਾਂਗਰਸੀ ਲੀਡਰਾਂ ਨਾਲ ਮੁਲਾਕਾਤ ਕਰਨਗੇ ਅਤੇ ਦੂਜੇ ਪਾਸੇ ਉਹਨਾਂ ਨੂੰ ਤਾੜਨਾ ਵੀ ਕੀਤੀ ਗਈ ਵੀ ਆਪਸ ਦੇ ਵਿੱਚ ਬਿਆਨਬਾਜ਼ੀ ਨਹੀਂ ਕਰ ਸਕਦੇ। ਦਵਿੰਦਰ ਯਾਦਵ ਨੇ ਇੱਕ ਗੱਲ ਕਹੀ ਹੈ ਕਿ ਕਾਂਗਰਸੀ ਲੀਡਰੋ ਅਨੁਸ਼ਾਸਨ 'ਚ ਆ ਜਾਓ। ਪੰਜਾਬ ਕਾਂਗਰਸ ਦੇ ਇੰਚਾਰਜ ਨੇ ਜੀ ਦਵਿੰਦਰ ਯਾਦਵ ਅੱਜ ਕਾਂਗਰਸੀ ਲੀਡਰਾਂ ਨਾਲ ਮੁਲਾਕਾਤ ਕਰਨਗੇ ਅਤੇ ਦੂਜੇ ਪਾਸੇ ਉਹਨਾਂ ਨੂੰ ਤਾੜਨਾ ਵੀ ਕੀਤੀ ਗਈ ਵੀ ਆਪਸ ਦੇ ਵਿੱਚ ਬਿਆਨਬਾਜ਼ੀ ਨਹੀਂ ਕਰ ਸਕਦੇ। ਦਵਿੰਦਰ ਯਾਦਵ 8 ਤਰੀਕ ਨੂੰ ਆ ਰਹੇ ਨੇ। ਦਵਿੰਦਰ ਯਾਦਵ ਪੰਜਾਬ ਦੇ ਨਵੇਂ ਕਾਂਗਰਸ ਦੇ ਇੰਚਾਰਜ ਨੇ। ਪਹਿਲਾਂ ਉਹਨਾਂ ਨੇ ਅੱਜ ਮਿਲਣਾ ਸੀ, ਹੁਣ ਪਤਾ ਲੱਗਿਆ ਕਿ ਉਹ 8 ਤਰੀਕ ਨੂੰ ਆ ਰਹੇ ਨੇ ਜੀ। ਉਦੋਂ ਬਾਅਦ ਖੜਗੇ ਸਾਹਿਬ ਵੀ ਆ ਰਹੇ ਨੇ। ਦਵਿੰਦਰ ਯਾਦਵ ਨੇ ਇੱਕ ਗੱਲ ਕਹੀ ਹੈ ਕਿ ਕਾਂਗਰਸੀ ਲੀਡਰੋ ਅਨੁਸ਼ਾਸਨ 'ਚ ਆ ਜਾਓ। ਜਿਹੜਾ ਅਨੁਸ਼ਾਸਨ ਤੋੜੇਗਾ ਜੀ ਉਹਦੇ ਖਿਲਾਫ਼ ਕਾਰਵਾਈ ਕੀਤੀ ਜਾਵੇਗੀ। ਅੱਜ ਹੈਗੀ ਆ 5 ਤਰੀਕ, ਪਰਸੋਂ ਨੂੰ ਐਤਵਾਰ ਵਾਲੇ ਦਿਨ ਨਵਜੋਤ ਸਿੰਘ ਸਿੱਧੂ ਨੇ ਬਠਿੰਡਾ ਦੇ ਪਿੰਡ ਕੋਟ ਸ਼ਮੀਰ ਵਿੱਚ ਇੱਕ ਇਕੱਤਰਤਾ ਬੁਲਾ ਲਈ ਹੈ ਜੀ। ਜਿੱਤੇਗਾ ਪੰਜਾਬ ਪਰ ਉਹਦੇ 'ਚ ਨਾਲ ਜਿੱਤੇਗੀ ਕਾਂਗਰਸ। ਉਹ 'ਚ ਸੂਬਾ ਪ੍ਰਧਾਨ ਅਮਰਿੰਦਰ ਸਿੰਘ ਰਾਜਾ ਵੜਿੰਗ ਦੀ ਤਸਵੀਰ ਲਾਤੀ ਹੈ ਜੀ। ਅਤੇ ਜੋਗਿੰਦਰ ਯਾਦਵ ਸਾਹਿਬ ਨੇ ਕਿਹਾ ਕਿ ਇਹ ਅਨੁਸ਼ਾਸਨਹੀਨਤਾ ਕੀ, ਨਵਜੋਤ ਸਿੰਘ ਸਿੱਧੂ ਆਪਣੀ ਰੈਲੀ ਕੈਂਸਲ ਕਰਦੇ ਆ ਜਾਂ ਉਹ ਆਪਣੀ ਰੈਲੀ ਨੂੰ ਕਰਦੇ ਆ 7 ਨੂੰ ਅਤੇ ਫਿਰ ਸੋਮਵਾਰ ਵਾਲੇ ਦਿਨ 8 ਤਰੀਕ ਨੂੰ ਇਹ ਆਉਣਗੇ ਆਪਣਾ ਯੋਗਿੰਦਰ ਸੋਰੀ ਮਾਫ ਕਰਨਾ ਦਵਿੰਦਰ ਯਾਦਵ। ਦਵਿੰਦਰ ਯਾਦਵ, ਮੈਂ ਸ਼ਾਇਦ ਪਹਿਲਾਂ ਵੀ ਜੋਗਿੰਦਰ ਕਹਿ ਗਿਆ ਸੀ, ਦਵਿੰਦਰ ਯਾਦਵ ਉਹ ਦਵਿੰਦਰ ਯਾਦਵ ਸਾਹਿਬ ਆ ਕੇ ਇਹਨਾਂ ਦੇ ਨਾਲ ਇਕੱਲੇ ਇਕੱਲੇ ਦੇ ਨਾਲ ਗੱਲ ਕਰਨ ਜਾ ਰਹੇ ਆ। ਬਾਅਦ ਦੇ ਵਿੱਚ ਖੜਗੇ ਸਾਹਿਬ ਦਾ ਵੀ ਪ੍ਰੋਗਰਾਮ ਹੈ ਚੰਡੀਗੜ੍ਹ 'ਚ ਆਉਣ ਦਾ। ਨਿਡਰ ਹਾਂ, ਨਿਰਪੱਖ ਰਹਾਂਗੇ, ਆਜ਼ਾਦ ਹਾਂ, ਸੱਚ ਕਹਾਂਗੇ, ਗੱਲ ਕਰਾਂਗੇ ਸਿਆਸੀ ਹਵਾ ਦੀ, ਹੋਣਗੇ ਹੁਕਮਰਾਨਾਂ ਨੂੰ ਸਿੱਧੇ ਸਵਾਲ, ਸਭ ਤੋਂ ਪਹਿਲਾਂ ਪਹੁੰਚਾਵਾਂਗੇ ਤੁਹਾਡੇ ਤੱਕ ਸਿਰਫ ਸੱਚੀ ਖਬਰ, ਦੱਸਾਂਗੇ ਕੌਣ ਕਰ ਰਿਹਾ ਤੁਹਾਡੇ ਤੇ ਸਬਰ, ਵਿਦੇਸ਼ਾਂ 'ਚ ਬੈਠੇ ਪੰਜਾਬੀਆਂ ਦੇ ਹੱਕ ਦੀ ਕਰਾਂਗੇ ਗੱਲ, ਕੈਨੇਡਾ ਦੀ ਹਰ ਸਿਆਸੀ ਖਬਰ ਲੈ ਕੇ ਆਵਾਂਗੇ ਤੁਹਾਡੇ ਵੱਲ, ਉਭਰਾਂਗੇ ਪੰਜਾਬ ਦੀ ਆਵਾਜ਼ ਬਣ ਕੇ, ਹੋਣਗੇ ਹਰ ਪਹਿਲੂ ਤੇ ਰੋਜ਼ ਚਰਚੇ, ਖੋਲਾਂਗੇ ਅੰਦਰੂਨੀ ਰਾਜ, ਬਣਾਂਗੇ ਬੁਲੰਦ ਆਵਾਜ਼, ਖੇਡ ਸਿੱਖਿਆ ਸਿਹਤ ਖੇਤੀ ਦੀ ਬਾਤ ਪਾਵਾਂਗੇ, ਹਰ ਪਿੰਡ ਹਰ ਸ਼ਹਿਰ ਜਾਵਾਂਗੇ, ਮਨੋਰੰਜਨ ਨਾਲ ਜੁੜੇ ਕਲਾਕਾਰਾਂ ਨਾਲ ਕਰਵਾਵਾਂਗੇ ਮੁਲਾਕਾਤ, ਸੰਘਰਸ਼ਾਂ ਵਾਲੀ ਜ਼ਿੰਦਗੀ ਤੇ ਮਾਰਾਂਗੇ ਝਾਲ, ਕੀ ਨੇ ਸਾਡੇ ਕਾਨੂੰਨ ਫਰਜ਼ ਤੇ ਅਧਿਕਾਰ, ਕੀ ਕਰਦੀ ਹੈ ਸਾਡੀ ਸਰਕਾਰ, ਕੀ ਹੈ ਤੁਹਾਡੀ ਮੁਸ਼ਕਲ ਦਾ ਹੱਲ, D5 ਚੈਨਲ ਪੰਜਾਬੀ ਦੀ ਕਚਹਿਰੀ 'ਚ ਹੋਵੇਗੀ ਸਿਰਫ ਲੋਕਾਂ ਦੀ ਗੱਲ, ਧਰਮ ਧਰੋਹਰ ਸਿਹਤ ਔਰ ਸੰਸਕ੍ਰਿਤੀ ਕੀ ਹੋਗੀ ਬਾਤ, ਅਬ D5 ਚੈਨਲ ਹਿੰਦੀ ਵੀ ਹੋਗਾ ਸਰ, D5 ਚੈਨਲ ਪੰਜਾਬੀ, ਆਪਣੀ ਧਰਤੀ ਆਪਣੇ ਲੋਕ। ਸਤਿ ਸ਼੍ਰੀ ਅਕਾਲ ਜੀ, ਮੈਂ ਹਾਂ ਕੁਲਰਾਜ ਰੰਧਾਵਾ ਤੇ ਤੁਸੀਂ ਵੇਖ ਰਹੇ ਹੋ D5 ਚੈਨਲ ਪੰਜਾਬੀ, ਜਿਹੜਾ ਲਾਂਚ ਹੋ ਚੁੱਕਿਆ ਹੈ ਹੁਣ ਕੈਨੇਡਾ ਵਿੱਚ।